ਪਰਸੋਂ ਹੀਰਾ ਛੱਡ ਕੇ ਕਰੇ ਆਣ ਕੀ ਆਸ, ਤਿੰਨਰ ਤੋਂ ਜਗ ਜਾਏਂਗੇ ਸੱਤ ਪਾਖੇ ਰਵਿਦਾਸ। ਜਗਤ ਗੁਰੂ ਰਵਿਦਾਸ ਮਹਾਰਾਜ ਜੀ ਸਾਡੇ ਚੈਨਲ ਅਮਲ ਜੱਸੀ ਭਾਜੀ ਉਹਨਾਂ ਰਵਿਦਾਸਿਆ ਟੀ ਵੀ ਲਾਂਚ ਕੀਤਾ ਅਤੇ ਇਹ ਵਧਾਈ ਦੇ ਪਾਤਰ ਨੇ। ਅਤੇ ਪਰਮਾਤਮਾ ਸਤਿਗੁਰੂ ਰਵਿਦਾਸ ਮਹਾਰਾਜ ਸਤਿਗੁਰ ਸਰਬਦਾ ਮਹਾਰਾਜ ਦਿਨ ਰਾਤ ਚੌਕਣੀ ਤਰੱਕੀ ਬਖਸ਼ਿਸ਼ ਕਰੇ। ਅਤੇ ਆਪਣੇ ਜਿਸ ਤਰ੍ਹਾਂ ਹੁਣ ਜਾਣਦੇ ਕਿ ਮਈ ਦਾ ਮਹੀਨਾ ਚੱਲ ਰਿਹਾ ਹੈ, ਮਈ ਦਾ ਮਹੀਨਾ ਕੋਈ ਵੀ ਰਵਿਦਾਸੀਆ ਵੀਰ ਭੈਣ ਨਹੀਂ ਭੁੱਲ ਸਕਦਾ। ਇਸ ਮਹੀਨੇ 24 ਮਈ ਨੂੰ ਬਿਆਨਾਂ ਵਿੱਚ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਅਤੇ ਸਤਿਗੁਰੂ ਅਮਰ ਸ਼ਹੀਦ ਸੰਤ ਰਾਮਾਨੰਦ ਮਹਾਰਾਜ ਜੀ 'ਤੇ ਮਾਨਵ ਵਿਰੋਧੀਆਂ ਵੱਲੋਂ ਕਤਲਾਨਾ ਹਮਲਾ ਕੀਤਾ ਗਿਆ, ਜਿਸ ਵਿੱਚ ਸਾਡੇ ਸਤਿਗੁਰੂ ਨਿਰੰਜਨ ਦਾਸ ਮਹਾਰਾਜ ਜੀ ਜ਼ਖਮੀ ਹੋ ਗਏ ਸਨ ਅਤੇ ਸੰਤ ਰਾਮਾਨੰਦ ਮਹਾਰਾਜ ਜੀ 25 ਮਈ ਨੂੰ ਸ਼ਹੀਦ ਹੋ ਗਏ ਸਨ। ਅਤੇ ਉਹਨਾਂ ਦੇ ਸ਼ਹੀਦੀ ਸਮਾਗਮ 'ਤੇ ਮੈਂ ਦਾਸ ਮਨਜੀਤ ਰਾਏ ਬਾਲਾ ਅਤੇ ਮੇਰੇ ਪੂਰੇ ਪਰਿਵਾਰ ਵੱਲੋਂ ਉਹਨਾਂ ਨੂੰ ਸਾਧਾ ਸੁਮਨ ਉਹਨਾਂ ਚਰਨਾਂ ਵਿੱਚ ਸਾਧਾ ਸੁਮਨ ਭੇਟ ਕਰਦਾ। ਅਤੇ 2 ਕੁ ਸਤਰਾਂ ਮੈਂ ਆਪਣੀ ਕਵਿਤਾ ਦੀਆਂ ਸੁਣਾਊਂਗਾ। 25 ਮਈ ਤਾਂ ਆਉਂਦੀ ਰਹਿਣੀ ਏ, ਪਰ ਤੂੰ ਮੁੜ ਕੇ ਨਹੀਂ ਆਉਣਾ, ਰਵਿਦਾਸ ਗੁਰਾਂ ਦਾ ਜਕਾਰਾ ਤੇਰੇ ਵਾਂਗੂ ਕਿਸੇ ਨਹੀਂ ਲਾਉਣਾ। 25 ਮਈ ਤਾਂ ਆਉਂਦੀ ਰਹਿਣੀ ਏ, ਪਰ ਤੂੰ ਮੁੜ ਕੇ ਨਹੀਂ ਆਉਣਾ, ਰਵਿਦਾਸ ਗੁਰਾਂ ਦਾ ਜਕਾਰਾ ਤੇਰੇ ਵਾਂਗੂ ਕਿਸੇ ਨਹੀਂ ਲਾਉਣਾ। ਜੈ ਗੁਰਦੇਵ ਜੀ।